ਸਤਿ ਸ਼੍ਰੀ ਅਕਾਲ ਬਾਈ ਜੀ, ਵੈਲਕਮ ਹੈ ਜੀ ਵੀਰ ਜੀ ਅੱਜ ਦੇ ਬਲੌਗ 'ਚ। ਲਓ ਜੀ ਬਾਈ ਜੀ, ਕੱਲ੍ਹ 72-99 ਦਾ ਰਹਿ ਗਿਆ ਸੀਗਾ ਜੀ, ਅਤੇ ਇੱਕ ਆਪਣੇ ਵੀਰ ਨੇ ਕਮੈਂਟ ਵੀ ਕੀਤਾ ਹੋਇਆ ਵੀ 72-99 ਦਾ ਵੀਰ ਜੀ ਦੱਸਿਓ ਵੀ ਰਾਹ ਖੜ੍ਹੀ ਆ ਇੱਕ ਵਾਰੀ 72-99 ਤਰੀਕ ਲਾਉਣ ਵਾਲੀ ਸੀਗੀ, ਇਹ 17 ਜੂਨ ਦੀ ਲੱਗੀ ਹੋਈ ਹੈ ਅਤੇ ਪੱਕਣ ਨੂੰ ਤੁਸੀਂ ਦੇਖ ਲਓ ਵੀ ਆਹ ਰਹਿ ਗਈ ਅੱਧੀ ਅੱਧੀ ਬਲ ਥੋੜ੍ਹੀ ਥੋੜ੍ਹੀ ਆਹ ਜਿਵੇਂ, ਅਤੇ ਕਈ ਥੋੜ੍ਹੇ ਜਿਹੇ ਨੇੜੇ ਲੱਗੀਆਂ ਹੋਈਆਂ ਪੱਕਣ ਦੇ। ਓਕੇ ਆ ਜੀ, ਇੱਕਦਮ ਵਧੀਆ ਜੀਰੀ ਖੜ੍ਹੀ ਆ, ਕੋਈ ਦਿੱਕਤ ਨਹੀਂ, ਕੋਈ ਡੋਡੀ ਦਾ ਇਹਨੂੰ ਰੋਗ ਨਹੀਂ ਪੈਂਦਾ, ਕੋਈ ਕੁਛ ਨਹੀਂ ਹੈਗਾ। ਸਾਰੀ ਉਰੇ 72-99 ਆ ਪੰਪ ਦੇ ਸਾਹਮਣੇ, ਅਤੇ ਇੱਧਰ ਵੀ ਸੇਮ ਆਹੀ ਵਰਾਇਟੀ ਹੈ ਜੀ। ਮਤਲਬ ਇਹ ਲੱਗੀ ਸੀਗੀ ਜੀ 17 ਨੂੰ, ਅਤੇ ਹੁਣ ਦੇਖ ਲਓ ਤੁਸੀਂ ਵੀ ਇਹ 17 ਤਰੀਕ ਤੱਕ ਤਾਂ ਮੈਨੂੰ ਲੱਗਦਾ ਇਹਨੇ ਬਿਲਕੁਲ ਹੀ ਪੱਕ ਜਾਣੀ, ਵੱਢ ਹੋ ਜੂਗੀ 17 ਤੱਕ, ਕੋਈ ਦਿੱਕਤ ਨਹੀਂ ਹੈਗੀ। ਪਨੀਰੀ ਮੇਰੇ ਖਿਆਲ 'ਚ 27-28 ਦਿਨ ਤੱਕ ਲੱਗ ਗਈ ਸੀਗੀ ਇਹਦੀ, ਉਹ ਵੀ ਕੋਈ ਦਿੱਕਤ ਨਹੀਂ। ਬੂਝਾ ਮਾਰਨ 'ਚ ਵੀ ਕੋਈ ਦਿੱਕਤ ਨਹੀਂ, ਕੱਦ ਕਾਠ ਵੀ ਚੰਗਾ। ਮਤਲਬ ਜੇ ਤੁਸੀਂ ਆਲੂ ਵਗੈਰਾ ਲਾਉਣੇ ਆ ਤਾਂ ਓਵਰਆਲ ਵਰਾਇਟੀ ਠੀਕ ਹੈ ਜੀ ਇਹ। ਅਤੇ ਹੁਣ ਆਪਾਂ ਨੂੰ ਪਾਣੀ ਬੰਦ ਕਰਨ ਨੂੰ ਤਾਂ ਮੇਰੇ ਖਿਆਲ 'ਚ 1 ਤਰੀਕ ਤੋਂ ਪਹਿਲਾਂ ਦਾ ਹੀ ਪਾਣੀ ਬੰਦ ਕੀਤਾ ਹੋਇਆ ਤਾ ਜੀਰੀ ਦਾ, ਬਿਲਕੁਲ ਆਪਣੇ ਪਿੰਡ ਮੋੜ 'ਤੇ ਹੀ ਖੜ੍ਹੀ ਆ। ਬਾਕੀ ਆਪਣੇ ਇੱਥੇ ਹੀ ਬਬਲਰ ਦੀ ਪਨੀਰੀ ਵੀ ਲੱਗੀ ਹੋਈ ਆ ਸਾਰੀ ਆਹ, ਜੇ ਕਿਸੇ ਮੇਰੇ ਵੀਰ ਨੂੰ ਪਨੀਰੀ ਚਾਹੀਦੀ ਹੋਈ ਤਾਂ ਉਹ ਵੀ ਦੱਸ ਦਿਓ। ਹੁਣ ਪਾਣੀ ਬੰਦ ਆ ਜੀ ਦਾ, ਬਿਮਾਰੀ ਨੂੰ ਕੋਈ ਬਿਮਾਰੀ ਨਹੀਂ ਹੈ, ਕੋਈ ਵੀ ਕਿਤੇ ਵੀ ਮੜਿਆ ਹਲਦੀ ਰੋਗ ਨਹੀਂ ਹੈਗਾ, ਕੋਈ ਬਲਾਸਟ ਨਹੀਂ, ਕੋਈ ਕੁਛ ਨਹੀਂ, ਐਨ ਓਕੇ ਰਿਪੋਰਟ ਆ ਜੀ। ਬਾਕੀ ਝਾੜ ਤੁਹਾਨੂੰ ਦੱਸਾਂਗੇ ਇੱਦਣ ਵੱਢਾਂਗੇ ਜੀ। ਚਲੋ ਠੀਕ ਹੈ ਜੀ, ਅੱਜ ਦੀ ਵੀਡੀਓ ਇੰਨੀ ਕੁ ਆ, ਚੈਨਲ ਨੂੰ ਕਰੋ ਸਬਸਕ੍ਰਾਈਬ, ਬਹੁਤ ਬਹੁਤ ਮਿਹਰਬਾਨੀ। ਅਤੇ ਥੋੜ੍ਹੇ ਵੈਸੇ ਦੱਸ ਦਿੰਦਾ ਵੀ ਜੀ, ਮਤਲਬ ਆਪਣਾ ਇਹਦੇ 'ਚ ਆਪਾਂ ਨੇ ਪਹਿਲਾਂ 3 ਥੈਲੇ ਯੂਰੀਏ ਦੇ ਪਾਏ ਹੋਏ ਨੇ, 1 ਨੂੰ ਸਪਰੇਅ ਜ਼ਰੂਰ ਕਰਤੀ ਸੀਗੀ ਆਪਾਂ ਨੇ ਨਟੀਵੋ ਦੀ, ਹੋਰ ਕੁਛ ਨਹੀਂ। ਨਟੀਵੋ ਸਪਰੇਅ ਉਦੋਂ ਕੀਤੀ ਸੀ ਜਦੋਂ ਮੈਂ ਮਤਲਬ ਬਿਲਕੁਲ ਗੋਭ ਦੇ ਵਿੱਚ ਸੀਗੀ, ਬਾਹਰ ਨਹੀਂ ਸੀ ਨਿਕਲੀ, ਉਸ ਟਾਈਮ ਸਪਰੇਅ ਕੀਤੀ ਹੋਈ ਆ। ਅਤੇ ਬਾਕੀ ਓਵਰਆਲ ਠੀਕ ਲੱਗਦੀ, ਬਾਕੀ ਝਾੜ ਤੁਹਾਨੂੰ ਦੱਸਾਂਗੇ ਜੀ, ਬੱਲਾਂ ਤਾਂ ਬਹੁਤ ਭਾਰੀਆਂ ਲੱਗਦੀਆਂ ਦੇਖਣ ਨੂੰ ਇਹਦੀਆਂ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਚੈਨਲ ਨੂੰ ਕਰੋ ਸਬਸਕ੍ਰਾਈਬ ਜੀ, ਥੈਂਕ ਯੂ।